ਉਸ ਦੇ ਲੈਕਚਰ ਪੁਸਤਕ ਮੈਂ ਮੋਤ ਸਿੱਖ ਹਾਂ ਸੁਮੱਚੀ ਸਾਧਨਾ ਐ ਪਰ ਸੰਸਾਰ ਦੇ ਬਾਹਰ ਨਿਕਲਣ ਦੀ ਹੈ ਇਸ ਲਈ ਸੰਸਾਰ ਨੂੰ ਮੈਂ ਪਰਮ ਕਹਿਣਾ ਪਰਮ ਇਹਨਾਂ ਅਰਥਾਂ ਚ ਕਿ ਜਿਹੋ ਜੇ ਅਸੀਂ ਸਮਝ ਰਹੇ ਹਾਂ ਉਹੋ ਜਿਹਾ ਨਹੀਂ ਹੈ ਤਾਂ ਉਹਨੂੰ ਕੱਟਣ ਲਈ ਅਸੀਂ ਕੀ ਕਰੀਏ ਜਿੰਨੇ ਡੂੰਗੇ ਪਰਮ ਚ ਚਲੇ ਗਏ ਉਹਨੇ ਵਾਪਸ ਮੁੜੋ ਤੇ ਮੈਂ ਹੀ ਕਿਉਂ ਯਾਦ ਦਿਵਾਉਣਾ ਚਾਹਨਾ ਇਸ ਲਈ ਯਾਦ ਦਿਵਾਉਣਾ ਚਾਹਨਾ ਕਿ ਇੱਕ ਵੱਡਾ ਖਤਰਾ ਹੈ ਸਦਕ ਦੇ ਸਾਹਮਣੇ ਹਮੇਸ਼ਾ ਇੱਕ ਖਤਰਾ ਹੈ ਉਹ ਖਤਰਾ ਇਹ ਹੈ ਕਿ ਭੂਤ ਤੋਂ ਬਚਾਉਣ ਦੇ ਲਈ ਅਸੀਂ ਤਵੀਤ ਬੰਨ੍ਹਦੇ ਹੀ ਫਿਰ ਭੂਤੋਂ ਤਾਂ ਬਚ ਜਾਂਦਾ ਪਰ ਤਵੀਤ ਨੂੰ ਸਾਹਮਣੇ ਰੱਖਦਾ ਜਿਸ ਭੂਤ ਤੋਂ ਬਚਾਇਆ ਤਵੀਤ ਨੇ ਉਹ ਇਸ ਤਵੀਤ ਨੂੰ ਹਮੇਸ਼ਾ ਛਾਤੀ ਦੇ ਨੇੜੇ ਰੱਖਦਾ ਜਿੰਨਾ ਪਹਿਲਾਂ ਭੂਤ ਹੋਂ ਤੋਂ ਡਰਦਾ ਸੀ ਹੁਣ ਤਵੀਤ ਦੇ ਗਵਾਚਣ ਤੋਂ ਡਰਦਾ ਹੈ ਸੁਭਾਵਕੀ ਕਿਉਂਕਿ ਜਿਸ ਤਵੀਤ ਨੇ ਬਚਾਇਆ ਹੁਣ ਉਹਨੂੰ ਗਵਾਵੇ ਕਿਵੇਂ ਭੂਤ ਤੋਂ ਤਾਂ ਛੁੱਟਿਆ ਪਰ ਤਵੀਤ ਨਾਲ ਜਕੜਿਆ ਗਿਆ ਹੈ ਇਸ ਲਈ ਇਹਨੂੰ ਯਾਦ ਦਿਵਾਉਣਾ ਜ਼ਰੂਰੀ ਹੈ ਕਿ ਭੂਤ ਵੀ ਝੂਠਾ ਸੀ ਤੇ ਤਵੀਤ ਵੀ ਝੂਠਾ ਹੈ ਹੁਣ ਭੂਤ ਕੱਟਿਆ ਗਿਆ ਹੁਣ ਤੁਸੀਂ ਕਿਰਪਾ ਕਰਕੇ ਤਵੀਤ ਸੁੱਟ ਦਿਓ ਮੈਂ ਸਾਧਕ ਨੂੰ ਲਗਾਤਾਰ ਯਾਦ ਰੱਖਾਉਣਾ ਚਾਹਨਾ ਕਿ ਜੋ ਸਾਧਨਾ ਉਹ ਕਰ ਰਿਹਾ ਹੈ ਉਹ ਇੱਕ ਡੂੰਗੇ ਝੂਠ ਵਿੱਚ ਉਤਰ ਜਾਣ ਦਾ ਐਂਟੀਡੋਟ ਹੈ ਝੂਠ ਦਾ ਐਂਟੀਡੋਟ ਝੂਠ ਹੀ ਹੋਏਗਾ ਜ਼ਹਿਰ ਨੂੰ ਜ਼ਹਿਰ ਹੀ ਕੱਟੇਗਾ ਸਿਰਫ ਉਲਟਾ ਰੁਕ ਹੋਏਗਾ ਪਰ ਇਹ ਯਾਦ ਦਿਵਾਉਣਾ ਜ਼ਰੂਰੀ ਹੈ ਨਹੀਂ ਤਾਂ ਸੰਸਾਰ ਤਾਂ ਛੁੱਟੇਗਾ ਸੰਨਿਆਸ ਫੜਿਆ ਜਾਏਗਾ ਸੰਸਾਰ ਤਾਂ ਛੁੱਟ ਜਾਏਗਾ ਸੰਨਿਆਸ ਫੜਿਆ ਜਾਏਗਾ ਤੇ ਦੁਕਾਨ ਤਾਂ ਛੁੱਟ ਜਾਏਗੀ ਮੰਦਰ ਫੜਿਆ ਜਾਏਗਾ ਧਨ ਤਾਂ ਛੁੱਟ ਜਾਏਗਾ ਧਿਆਨ ਫੜਿਆ ਜਾਏਗਾ ਫੜਨਾ ਕੁਝ ਵੀ ਖਤਰਨਾਕ ਹੈ ਕਿਉਂਕਿ ਜੋ ਵੀ ਫੜਿਆ ਜਾਏਗਾ ਉਹ ਬੰਧਨ ਬਣ ਜਾਏਗਾ ਉਹ ਭਾਵੇਂ ਧਨ ਹੋਵੇ ਭਾਵੇਂ ਧਿਆਨ ਹੋਵੇ ਠੀਕ ਸਾਧਨਾ ਉਸ ਦਿਨ ਜਾਣਣਾ ਜਿਸ ਦਿਨ ਧਿਆਨ ਦੀ ਲੋੜ ਨਾ ਰਹਿ ਜਾਏ ਜਿਸ ਦਿਨ ਧਿਆਨ ਬੇਕਾਰ ਹੋ ਜਾਏ ਸੁਭਾਵਕੀ ਜੋ ਬੰਦਾ ਛੱਤ ਤੇ ਪਹੁੰਚ ਗਿਆ ਉਹਦੇ ਲਈ ਪੌੜੀ ਬੇਕਾਰ ਹੋ ਜਾਣੀ ਚਾਹੀਦੀ ਹੈ ਤੇ ਜੇਕਰ ਉਹ ਅਜੇ ਵੀ ਕਹਿੰਦਾ ਕਿ ਮੇਰੇ ਲਈ ਪੌੜੀ ਬੜੇ ਕੰਮ ਦੀ ਹੈ ਤਾਂ ਸਮਝਣਾ ਕਿ ਅਜੇ ਛੱਤ ਤੇ ਨਹੀਂ ਪਹੁੰਚਿਆ ਅਜੇ ਕਿਤੇ ਪੌੜੀ ਤੇ ਖੜਾ ਹੋਏਗਾ ਹੋ ਸਕਦਾ ਪੌੜੀ ਦੇ ਆਖਰੀ ਪੜਾ ਤੇ ਪਹੁੰਚ ਜਾਏ ਆਖਰੀ ਡੰਡੇ ਤੇ ਪਹੁੰਚ ਜਾਏ ਫਿਰ ਵੀ ਜੇਕਰ ਪੌੜੀ ਨੂੰ ਫੜੀ ਰੱਖੇ ਤਾਂ ਧਿਆਨ ਰੱਖਣਾ ਛੱਤ ਤੋਂ ਅਜੇ ਵੀ ਉਨਾ ਹੀ ਦੂਰ ਹੈ ਜਿੰਨਾ ਪੌੜੀ ਦੇ ਪਹਿਲੇ ਡੰਡੇ ਤੇ ਸੀ ਛੱਤ ਤੇ ਨਹੀਂ ਪਹੁੰਚਿਆ ਦੋਹਾਂ ਹਾਲਤਾਂ ਵਿੱਚ ਛੱਤ ਤੋਂ ਦੂਰ ਹੈ ਤੁਸੀਂ ਪੌੜੀ ਪੂਰੀ ਵੀ ਚੜ ਜਾਓ ਪਰ ਜੇਕਰ ਆਖਰੀ ਪੜਾ ਤੇ ਰੁਕ ਜਾਓ ਤਾਂ ਵੀ ਤੁਸੀਂ ਪਹੁੰਚੇ ਕਿੱਥੇ ਹੋ ਹੋ ਤਾਂ ਤੁਸੀਂ ਉੱਥੇ ਹੀ ਪੌੜੀ ਦੇ ਫਰਕ ਪੈ ਗਿਆ ਪਹਿਲਾਂ ਤੁਸੀਂ ਪਹਿਲੇ ਡੰਡੇ ਤੇ ਸੀ ਪੌੜੀ ਦੇ ਹੁਣ ਸੌਵੇਂ ਡੰਡੇ ਤੇ ਉਹ ਪਰ ਹੋ ਪੌੜੀ ਤੇ ਤੇ ਜੋ ਪੌੜੀ ਤੇ ਹੈ ਉਹ ਛੱਤ ਉੱਤੇ ਨਹੀਂ ਹੈ ਛੱਤ ਉੱਤੇ ਹੋਣ ਦੇ ਲਈ ਦੋ ਕੰਮ ਕਰਨੇ ਪੈਣੇ ਆ ਪੌੜੀ ਚੜ੍ਹਨੀ ਪਵੇ ਪੌੜੀ ਛੱਡਣੀ ਵੀ ਪਵੇ ਇਸ ਲਈ ਮੈਂ ਕਹਿੰਨਾ ਧਿਆਨ ਦਾ ਉਪਯੋਗ ਵੀ ਹੈ ਤੇ ਨਾਲ ਹੀ ਕਹਿੰਨਾ ਕਿ ਧਿਆਨ ਐਂਟੀਡੋਟ ਤੋਂ ਵੱਧ ਨਹੀਂ ਇਸ ਲਈ ਮੈਂ ਕਹਿੰਨਾ ਸਾਧਨਾ ਕਰਨਾ ਵੀ ਤੇ ਕਹਿੰਨਾ ਛੱਡਣਾ ਵੀ ਜਦ ਦੋਵੇਂ ਗੱਲਾਂ ਮੈਂ ਕਹਿਣੀਆਂ ਤਾਂ ਕਠਿਨਾਈ ਤਾਂ ਇਸ ਚ ਸ਼ੁਰੂ ਹੋਏਗੀ ਹੀ ਕਿਉਂਕਿ ਤੁਸੀਂ ਸੋਚੋਗੇ ਸੁਭਾਵਕ ਕੀ ਕਿ ਸਾਧਨਾ ਦੇ ਲਈ ਇੰਨੀਆਂ ਗੱਲਾਂ ਕਰਦੇ ਹੋ ਤੁਸੀਂ ਕਿ ਇਹ ਕਰੋ ਉਹ ਕਰੋ ਫਿਰ ਕਹਿ ਦਿੰਦੇ ਹੋ ਕਿ ਸਭ ਝੂਠਾ ਹੈ ਤੇ ਸਾਡੇ ਮਨ ਚ ਹੁੰਦਾ ਹੈ ਕਿ ਜਦ ਝੂਠਾ ਹੈ ਤੇ ਕਰੀਏ ਹੀ ਕਿਉਂ ਸਾਡੀ ਦਲੀਲ ਇਹ ਹੈ ਕਿ ਜਦ ਪੌੜੀ ਤੋਂ ਉਤਰਨਾ ਹੀ ਪਏਗਾ ਤਾਂ ਅਸੀਂ ਚੜਹੀ ਹੀ ਕਿਉਂ ਪਰ ਧਿਆਨ ਰੱਖੀ ਜੇਕਰ ਪੌੜੀ ਤੇ ਨਹੀਂ ਚੜੇ ਤਦ ਵੀ ਪੌੜੀ ਦੇ ਬਾਹਰ ਰਹੋਗੇ ਤੇ ਜੇ ਪੌੜੀ ਚੜ ਕੇ ਛੱਤ ਤੇ ਉਤਰ ਗਿਆ ਉਹ ਵੀ ਪੌੜੀ ਦੇ ਬਾਹਰ ਹੋ ਗਿਆ ਪਰ ਤੁਹਾਡੇ ਦੋਹਾਂ ਦੇ ਪਲਾਨ ਪਲਾਨ ਵੱਖਰੇ ਹੋਣਗੇ ਉਹ ਛੱਤੋ ਤੇ ਹੋਏਗਾ ਤੁਸੀਂ ਜ਼ਮੀਨ ਤੇ ਹੋਗੇ ਤੁਸੀਂ ਵੀ ਪੌੜੀ ਤੇ ਨਹੀਂ ਹੋ ਉਹ ਵੀ ਪੌੜੀ ਤੇ ਨਹੀਂ ਹੈ ਪਰ ਤੁਹਾਡੇ ਦੋਹਾਂ ਵਿੱਚ ਬੁਰਿਆਦੀ ਫਰਕ ਹੈ ਤੁਸੀਂ ਪੌੜੀ ਚੜ੍ਹੇ ਨਹੀਂ ਇਸ ਲਈ ਪੌੜੀ ਦੇ ਬਾਹਰ ਹੋ ਉਹ ਪੌੜੀ ਤੇ ਚੜ੍ਹਿਆ ਤੇ ਉਤਰਿਆ ਇਸ ਲਈ ਪੌੜੀ ਦੇ ਬਾਹਰ ਹੈ ਇਹ ਜ਼ਿੰਦਗੀ ਬੜਾ ਰਾਜ਼ ਹੈ ਉਸ 'ਚ ਕੁਝ ਚੀਜ਼ਾਂ ਫੜ ਚੜ੍ਹਨੀਆਂ ਵੀ ਪੈਂਦੀਆਂ ਨੇ ਉਤਰਨੀਆਂ ਵੀ ਪੈਂਦੀਆਂ ਨੇ ਉਸ ਕਦੇ ਕੁਝ ਫੜਨਾ ਵੀ ਪੈਂਦਾ ਕਦੇ ਕੁਝ ਛੱਡਣਾ ਵੀ ਪੈਂਦਾ ਪਰ ਸਾਡਾ ਮਨ ਕਹਿੰਦਾ ਹੈ ਕਿ ਜੇਕਰ ਫੜਨਾ ਹੀ ਹੈ ਤਾਂ ਫਿਰ ਬਿਲਕੁਲ ਫੜੋ ਜੇਕਰ ਛੱਡਣਾ ਹੀ ਹੈ ਤਾਂ ਬਿਲਕੁਲ ਛੱਡੋ ਇਹ ਦਲੀਲ ਖਤਰਨਾਕ ਹੈ ਇਸ ਨਾਲ ਜ਼ਿੰਦਗੀ ਚ ਕਦੀ ਕੋਈ ਗਤੀ ਗਤੀ ਨਹੀਂ ਹੋ ਸਕਦੀ ਐ ਪਰ ਦੋਵੇਂ ਗੱਲਾਂ ਮੇਰੇ ਖਿਆਲ ਚ ਹਨ ਤੇ ਮੈਂ ਦੇਖ ਰਿਹਾ ਕਿ ਅਜਿਹੀ ਕਠਿਨਾਈ ਹੋ ਗਈ ਹੈ ਕਿ ਕੁਝ ਲੋਕਾਂ ਨੇ ਤੁਹਾਨੂੰ ਫੜਿਆ ਹੋਇਆ ਕੁਝ ਲੋਕਾਂ ਨੇ ਧਰਮ ਨੂੰ ਫੜਿਆ ਹੋਇਆ ਕੁਝ ਲੋਕਾਂ ਨੇ ਸੰਸਾਰ ਨੂੰ ਫੜਿਆ ਕੁਝ ਨੇ ਮੋਕਸ਼ ਨੂੰ ਫੜਿਆ ਪਰ ਪਕੜ ਨਹੀਂ ਛੁੱਟਦੀ ਤੇ ਮੁਕਤ ਹੋਈ ਹੈ ਜੀ ਦੀ ਕੋਈ ਪਕੜ ਨਹੀਂ ਹੈ ਸੱਚ ਨੂੰ ਉਹੀ ਜਾਣੇਗਾ ਜੀ ਦੀ ਕੋਈ ਕਲਿੰਗਿੰਗ ਕੋਈ اٹਕਾ ਕੋਈ ਰੁਕਾ ਜਿਹਦੇ ਵਿੱਚ ਕੋਈ ਜ਼ਿੱਦ ਨਹੀਂ ਹੈ ਸੱਚ ਨੂੰ ਉਹੀ ਜਾਣੇਗਾ ਜੀ ਦੀ ਕੋਈ ਸ਼ਰਤ ਨਹੀਂ ਹੈ ਜਿਹਦੀ ਕੋਈ ਕੰਡੀਸ਼ਨ ਨਹੀਂ ਹੈ ਜੇਕਰ ਤੁਹਾਡੀ ਇੰਨੀ ਵੀ ਸ਼ਰਤ ਹੈ ਕਿ ਮੈਂ ਮੰਦਿਰ ਚ ਹੀ ਰਹਿਗਾ ਮੈਂ ਦੁਕਾਨ ਤੇ ਨਹੀਂ ਜਾਵਾਂਗਾ ਤਾਂ ਤੁਸੀਂ ਸੱਚ ਹੀ ਨਹੀਂ ਸੱਚ ਨੂੰ ਨਹੀਂ ਜਾਣ ਸਕੋਗੇ ਤੁਸੀਂ ਉਸੇ ਸੱਚ ਨੂੰ ਜਾਣ ਸਕੋਗੇ ਜੋ ਮੰਦਰ ਦੇ ਝੂਠ ਦੇ ਨਾਲ ਪੈਦਾ ਹੁੰਦਾ ਹੈ ਜੇਕਰ ਤੁਹਾਡੀ ਇੰਨੀ ਵੀ ਸ਼ਰਤ ਹੈ ਕਿ ਮੈਂ ਇਸ ਤਰ੍ਹਾਂ ਹੀ ਜੀਵਾਂਗਾ ਸੰਨਿਆਸੀ ਦੀ ਤਰ੍ਹਾਂ ਜੀਵਾਂਗਾ ਜੇਕਰ ਇਹ ਵੀ ਤੁਹਾਡੀ ਸ਼ਰਤ ਹੈ ਤਾਂ ਤੁਸੀਂ ਸੱਚ ਨੂੰ ਨਹੀਂ ਜਾਣ ਪਾਓਗੇ ਤੁਸੀਂ ਪੌੜੀ ਤਾਂ ਚੜ੍ਹੇ ਪਰ ਆਖਰੀ ਡੰਡੇ ਤੇ ਖੜੇ ਹੋ ਕੇ ਤੁਸੀਂ ਪੌੜੀ ਫੜ ਲਈ ਕਈ ਵਾਰ ਮਨ 'ਚ ਵੀ ਹੁੰਦਾ ਹੈ ਕਿ ਜਿਸ ਪੌੜੀ ਨੇ ਇੰਨੀ ਦੂਰ ਤੱਕ ਚੜਾਇਆ ਉਹਨੂੰ ਇੱਕਦਮ ਛੱਡ ਕੇ ਵੀ ਦੇਈਏ ਉਰਫਾੜ ਲੈਣ ਦਾ ਮਨ ਹੋ ਜਾਂਦਾ ਹੈ ਆਮ ਤੌਰ ਤੇ ਹਰ ਪਾਸੇ ਇਹ ਹੁੰਦਾ ਹੈ ਕਿ ਆਦਮੀ ਧਨ ਕਮਾਉਣਾ ਸ਼ੁਰੂ ਕਰਦਾ ਹੈ ਉਹ ਧਨ ਕਮਾਉਂਦਾ ਹੈ ਇਸ ਲਈ ਕਿ ਆਰਾਮ ਨਾਲ ਜੀਵਾਂਗੇ ਫਿਰ ਸਾਲਾਂ ਲੱਗ ਜਾਂਦੇ ਆ ਧਨ ਕਮਾਉਣ ਚ ਤੇ ਧਨ ਕਮਾਉਣ ਚ ਸਾਰਾ ਆਰਾਮ ਗਵਾਉਣਾ ਪੈਂਦਾ ਨਹੀਂ ਤਾਂ ਕਮਾਏਗਾ ਕਿਵੇਂ ਸੋਚਿਆ ਸੀ ਧਨ ਕਮਾਵਾਂਗੇ ਆਰਾਮ ਨਾਲ ਜੀਵਾਂਗੇ ਟੀਚਾ ਸੀ ਆਰਾਮ ਨਾਲ ਜੀਵਾਂਗੇ ਤੇ ਆਰਾਮ ਨਾਲ ਜੀਣਾ ਹੋਵੇ ਤਾਂ ਬਿਨਾਂ ਧਨ ਦੇ ਤਾਂ ਜੀ ਨਹੀਂ ਸਕਦੇ ਤਾਂ ਧਨ ਕਮਾਉਣ ਚ ਲੱਗਿਆ ਸੀ ਤੇ ਧਨ ਕਮਾਉਣਾ ਹੋਵੇ ਤਾਂ ਆਰਾਮ ਤਾਂ ਨਹੀਂ ਕੀਤਾ ਜਾ ਸਕਦਾ ਆਰਾਮ ਛੱਡਣਾ ਪੈਗਾ ਤਦ ਧਨ ਕਮਾਇਆ ਜਾ ਸਕਦਾ ਤਾਂ ਸਾਲਾਂ ਤੱਕ ਉਹ ਆਦਮੀ ਸਮਝ ਲਓ ਵੀ 25 ਸਾਲ ਤੱਕ ਸਾਰੇ ਆਰਾਮ ਛੱਡ ਕੇ ਧਨ ਕਮਾ ਲੈਂਦਾ ਹੁਣ ਉਹ ਧਨ ਕਮਾ ਲੈਂਦਾ ਪਰ ਆਰਾਮ ਕਰਨ ਦੀ ਆਦਤ ਛੁੱਟ ਗਈ ਬੇਆਰਾਮੀ ਦੀ ਆਦਤ ਪੈ ਗਈ ਹੁਣ ਬੜੀ ਮੁਸ਼ਕਿਲ ਹੋ ਗਈ 25 ਸਾਲ ਦਾ ਅਭਿਆਸ ਹੋ ਗਿਆ ਹੁਣ ਉਹਨੂੰ ਤੁਸੀਂ ਕਹੋ ਵੀ ਘਰ ਬੈਠ ਤੋ ਕਹਿੰਦਾ ਘਰ ਕਿਵੇਂ ਬੈਠੀਏ ਉਹਦੇ ਚੱਪੜਾਸੀ ਪਹੁੰਚਦੇ ਹਨ ਦਫਤਰ 'ਚ 9 ਵਜੇ 8:00 ਵਜੇ ਪਹੁੰਚ ਜਾਂਦਾ ਹੈ ਉਸੇ ਕਲਰਕ ਭੱਜ ਜਾਂਦੇ ਹਨ 5:00 ਵਜੇ ਉਹ 7:00 ਵਜੇ ਪਰਤਦਾ ਹੁਣ ਉਹ ਇਹ ਭੁੱਲ ਹੀ ਗਿਆ ਕਿ ਜੋ ਪੌੜੀ ਇੱਕ ਦਿਨ ਚੜਨ ਦੇ ਲਈ ਫੜੀ ਸੀ ਉਹ ਉਤਰਨ ਦੇ ਲਈ ਹੀ ਫੜੀ ਸੀ ਕਿਸੇ ਤਲ ਤੇ ਜਾ ਕੇ ਆਰਾਮ ਕਰਕੇ ਉਤਰ ਜਾਣਾ ਸੀ ਕਿਸੇ ਥਾਂ ਜਾ ਕੇ ਜਿੱਥੇ ਧੰਨ ਹੋ ਜਾਏ ਉੱਥੋਂ ਫਿਰ ਚੁੱਪਚਾਪ ਖਿਸਕ ਜਾਣਾ ਸੀ ਕਿਉਂਕਿ ਚਾਹੁੰਦਾ ਇਹ ਹੀ ਸੀ ਕਿ ਧੰਨ ਨਾਲ ਆਰਾਮ ਕਰ ਸਕੀਏ ਹੁਣ ਬੜੀ ਮੁਸ਼ਕਿਲ ਹੋ ਗਈ ਧਨ ਕਮਾਉਣ ਚ ਆਰਾਮ ਗੁਆਇਆ ਆਰਾਮ ਗੁਆਣ ਚ ਬੇਆਰਾਮੀ ਦੀ ਆਦਤ ਬਣ ਗਈ ਹੁਣ ਬੇਆਰਾਮੀ ਦੀ ਆਦਤ ਪੱਕ ਗਈ ਹੁਣ ਉਹ ਸੋਚਦਾ ਕਿ ਆਰਾਮ ਕਰਕੇ ਵੇ ਸਕਦਾ ਹੁਣ ਉਹ ਧਨ ਕਮਾਈ ਜਾਂਦਾ ਹੈ ਹੁਣ ਉਹ ਪੌੜੀ ਤੇ ਚੜਦਾ ਹੀ ਜਾਂਦਾ ਹੈ ਹੁਣ ਉਹ ਪੌੜੀ ਤੇ ਉਤਰਦਾ ਹੀ ਨਹੀਂ ਹੁਣ ਉਹਦੀ ਛੱਤ ਕਦੀ ਆਉਂਦੀ ਹੀ ਨਹੀਂ ਹੁਣ ਉਹ ਚੜਦਾ ਹੀ ਜਾਂਦਾ ਹੈ ਪੌੜੀ ਤੇ ਪੌੜੀ ਬਣਾਈ ਤੁਰਿਆ ਜਾਂਦਾ ਹੈ ਬਣਾਈ ਤੁਰਿਆ ਜਾਂਦਾ ਉਹਨੂੰ ਹੁਣ ਤੁਸੀਂ ਕਿੰਨਾ ਹੀ ਕਹੋ ਬਸ ਹੁਣ ਬਹੁਤ ਪੌੜੀ ਬਣ ਚੁੱਕੀ ਹੁਣ ਉਤਰਾਂ ਉਹ ਕਹਿੰਦਾ ਇਹ ਕਿਵੇਂ ਹੋ ਸਕਦਾ ਜੇਕਰ ਆਰਾਮ ਕਰਨਾ ਹੈ ਤਾਂ ਪੌੜੀ ਬਣਾਉਣੀ ਪਏਗੀ ਹੁਣ ਉਹ ਬਣਾਉਂਦਾ ਜਾਂਦਾ ਹੈ ਪਰ ਇਹ ਧੰ ਦੇ ਨਾਲ ਹੀ ਹੁੰਦਾ ਹੁੰਦਾ ਤਾਂ ਬਹੁਤ ਦਿੱਕਤ ਨਹੀਂ ਸੀ ਧਰਮ ਦੇ ਨਾਲ ਵੀ ਇਹੀ ਹੁੰਦਾ ਸਾਡਾ ਮਨ ਉਹੀ ਹੈ ਸਾਡਾ ਮਨ ਉਹੀ ਦਾ ਉਹੀ ਹੈ ਹੁਣ ਇੱਕ ਆਦਮੀ ਧਰਮ ਦੀ ਦੁਨੀਆ ਚ ਉਤਰਦਾ ਹੈ ਤਿਆਗ ਕਰਨਾ ਸ਼ੁਰੂ ਕਰਦਾ ਹੈ ਤਾਂ ਉਹ ਇਸ ਲਈ ਤਿਆਗ ਕਰਨਾ ਸ਼ੁਰੂ ਕਰਦਾ ਹੈ ਕਿ ਕਜਈ ਥਾਂ ਆ ਜਾਈਏ ਕਿ ਮਨ ਉਤੇ ਕੋਈ ਪਕੜ ਨਾ ਰਹਿ ਜਾਏ ਕਿਉਂਕਿ ਜਿੱਥੋਂ ਤੱਕ ਪਕੜ ਹੈ ਉੱਥੋਂ ਤੱਕ ਬੰਧਨ ਹੋਏਗਾ ਤੋ ਕਹਿੰਦਾ ਸਭ ਛੱਡ ਦਿਓ ਜਿਸ ਜਿਸ ਦਾ ਬੰਧਨ ਹੋਵੇ ਉਹਨੂੰ ਛੱਡ ਦਿਓ ਤਾਂ ਉਹ ਛੱਡਣਾ ਸ਼ੁਰੂ ਕਰਦਾ ਹੈ ਇਹ ਹੋਈ ਪੌੜੀ ਹੁਣ ਉਹ ਛੱਡਦਾ ਜਾਂਦਾ ਹੈ ਉਹ ਮਕਾਨ ਛੱਡਦਾ ਹੈ ਦੁਕਾਨ ਛੱਡਦਾ ਹੈ ਪਰਿਵਾਰ ਛੱਡਦਾ ਹੈ ਧਨ ਛੱਡਦਾ ਹੈ ਕੱਪੜੇ ਛੱਡਦਾ ਹੈ ਉਹ ਛੱਡਦਾ ਚਲਿਆ ਜਾਂਦਾ ਹੁਣ ਵੀ 25 ਸਾਲਾਂ ਚ ਉਹਦੀ ਛੱਡਣ ਦੀ ਆਦਤ ਇੰਨੀ ਮਜ਼ਬੂਤ ਹੋ ਜਾਂਦੀ ਹੈ ਕਿ ਹੁਣ ਉਹ ਇਸ ਛੱਡਣ ਦੀ ਆਦਤ ਨੂੰ ਨਹੀਂ ਛੱਡ ਪਾਉਂਦਾ ਹੁਣ ਇਹ ਜੜ ਪੱਥਰ ਦੀ ਤਰ੍ਹਾਂ ਉਹਦੀ ਛਾਤੀ ਤੇ ਹੀ ਬੈਠ ਜਾਂਦੀ ਹੈ ਹੁਣ ਉਹ ਕੋਈ ਨਾ ਕੋਈ ਤਰਕੀਬ ਕੱਢਦਾ ਰਹਿੰਦਾ ਹੈ ਹੋਰ ਕੀ ਛੱਡিয়ে ਹੁਣ ਉਹ ਪੌੜੀ ਉਹਦੀ ਚੱਲ ਪਈ ਹੁਣ ਉਹ ਕਹਿੰਦਾ ਕਿ ਖਾਣਾ ਛੱਡ ਦਈਏ ਪੀਣਾ ਛੱਡ ਦਈਏ ਨਮਕ ਛੱਡ ਦਈਏ ਘਿਓ ਛੱਡ ਦਈਏ ਚੀਨੀ ਛੱਡ ਦਈਏ ਹੁਣ ਉਹ ਇਸ ਵਿੱਚ ਤਰਕੀਬਾਂ ਕੱਢਦਾ ਜਾਂਦਾ ਹੈ ਹੁਣ ਉਹ ਕਹਿੰਦਾ ਕਿ ਨੀਂਦ ਛੱਡ ਦਈਏ ਇਸ਼ਨਾਨ ਛੱਡ ਦਈਏ ਹੁਣ ਉਹ ਛੱਡਨ ਜਿੱਤਰ ਤਰਕੀਬਾਂ ਕੱਢਦਾ ਚਲਿਆ ਜਾਂਦਾ ਹੈ ਆਖਰੀ ਦਮ ਉੱਥੋਂ ਤੱਕ ਵੀ ਪਹੁੰਚ ਜਾਂਦਾ ਹੈ ਕਿ ਸਰੀਰ ਛੱਡ ਦਈਏ ਹੱਤਿਆ ਕਰੀਏ ਆਤਮ ਹੱਤਿਆ ਕਰੀਏ ਕਿ ਕੀ ਕਰੀਏ ਉਹ ਸਭ ਕਰਦਾ ਚਲਿਆ ਜਾਂਦਾ ਹੈ ਇਦੋ ਵੀ ਇੱਕ ਹੀ ਤਰ੍ਹਾਂ ਦੇ ਆਦਮੀ ਹਨ ਇੱਕ ਨੇ ਛੱਡਣ ਵੱਲ ਪੌੜੀਆਂ ਫੜ ਲਈਆਂ ਇੱਕ ਨੇ ਫੜਨ ਵੱਲ ਪੌੜੀਆਂ ਫੜ ਲਈਆਂ ਪਰ ਪੌੜੀਆਂ ਤੋਂ ਕੋਈ ਵੀ ਉਤਰਨ ਨੂੰ ਰਾਜ਼ੀ ਨਹੀਂ ਹੈ ਤੇ ਮੇਰੀ ਦ੍ਰਿਸ਼ਟੀ 'ਚ ਸੱਚ ਉੱਥੇ ਹੈ ਜਿੱਥੇ ਪੌੜੀਆਂ ਖਤਮ ਹੋ ਜਾਂਦੀਆਂ ਤੁਸੀਂ ਸਮਤਲ ਤੇ ਆ ਜਾਂਦੇ ਹੋ ਨਾ ਜਿੱਥੇ ਚੜਨਾ ਹੈ ਨਾ ਜਿੱਥੇ ਉਤਰਨਾ ਹੈ ਸੱਚ ਉੱਥੇ ਹੈ ਜਿੱਥੇ ਤੁਹਾਡੀ ਪਕੜ ਛੁੱਟ ਜਾਂਦੀ ਹੈ ਜਿੱਥੇ ਤੁਹਾਡੀ ਸ਼ਰਤ ਛੁੱਟ ਜਾਂਦੀ ਹੈ ਸੱਚ चौथे है जिथे ਤੁਸੀਂ ਅਭਿਆਸੀ ਚਿੱਤ ਨਾਲ ਚੀਜ਼ਾਂ ਨੂੰ ਨਹੀਂ ਦੇਖਦੇ ਅਭਿਆਸ ਰਹਿਤ ਚਿੱਤ ਨਾਲ ਚੀਜ਼ਾਂ ਨੂੰ ਦੇਖਣ ਲੱਗ ਜਾਂਦੇ ਹੋ ਸ਼ਾਇਦ जीसस ਦਾ ਹੀ ਮਤਲਬ ਹੈ ਜੀਸਸ ਤੋਂ ਕੋਈ ਪੁੱਛਦਾ ਹੈ ਕਿ ਸੱਚ ਕਿਹਨੂੰ ਮਿਲੇਗਾ ਤਾਂ ਉਹ ਕਹਿੰਦੇ ਆ ਵੀ ਉਹਨਾਂ ਨੂੰ ਜੋ ਬੱਚਿਆਂ ਵਾਂਗ ਹਨ ਹੁਣ ਇਹਦਾ ਕੀ ਮਤਲਬ ਹੋ ਸਕਦਾ ਹੈ ਬੱਚੇ ਵਾਂਗ ਮਤਲਬ ਜਿਦੀ ਕੋਈ ਸ਼ਰਤ ਨਹੀਂ ਹੈ ਜੋ ਐਵੇਂ ਦੇਖ ਰਿਹਾ ਹੈ ਜੇਕਰ ਤੁਸੀਂ ਬੱਚਿਆਂ ਨੂੰ ਚੀਜ਼ਾਂ ਨੂੰ ਦੇਖਦੇ ਆ ਦੇਖਿਆ ਤਾਂ ਤੁਸੀਂ ਹੈਰਾਨ ਹੋਵੋਗੇ ਸਾਡੇ ਤੇ ਉਹਨਾਂ ਦੇ ਦੇਖਣ 'ਚ ਫਰਕ ਹੈ ਸਾਡਾ ਜੋ ਦੇਖਣਾ ਉਹ ਸਦਾ ਕਿਸੇ ਚੀਜ਼ ਦਾ ਦੇਖਣਾ ਹੈ ਅਸੀਂ ਕੁਝ ਲੱਭ ਰਹੇ ਹਾਂ ਬੱਚਾ ਬਸ ਦੇਖ ਰਿਹਾ ਹੈ ਕਿਸੇ ਚੀਜ਼ ਦੀ ਕੋਈ ਭਾਲ ਨਹੀਂ ਹੈ ਜੋ ਹੈ ਜੋ ਦਿਖਾਈ ਪੈ ਜਾਏ ਬਸ ਉਹਦੀਆਂ ਅੱਖਾਂ ਘੁੰਮ ਰਹੀਆਂ ਉਹ ਦੇਖ ਰਿਹਾ ਹੈ ਉਹਦੀ ਕੋਈ ਪਕੜ ਨਹੀਂ ਹੈ ਕਿ ਫਲਾਣੀ ਚੀਜ਼ ਦੇਖਣੀ ਹੈ ਉਹਦੀ ਇਹ ਵੀ ਪਕੜ ਨਹੀਂ ਹੈ ਕਿ ਉਹ ਦਿਖਾਈ ਪਵੇ ਤਾਂ ਐਵੇਂ ਦਿਖਾਈ ਪਵੇ ਜੋ ਹੈ ਉਹੀ ਉਹ ਦੇਖ ਰਿਹਾ ਹੈ ਜੇਕਰ ਠੀਕ ਤਰ੍ਹਾਂ ਕਹੀਏ ਤਾਂ ਉਹਦਾ ਦੇਖਣਾ ਮਨੋਰਥ ਰਹਿਤ ਹੈ ਉਹਦਾ ਕੋਈ ਪਰਪਸ ਨਹੀਂ ਹੈ ਉਹ ਕਿਸੇ ਮਕਸਦ ਨਾਲ ਨਹੀਂ ਦੇਖ ਰਿਹਾ ਇਸ ਲਈ ਬੱਚੇ ਦੀਆਂ ਅੱਖਾਂ 'ਚ ਜੋ ਭੋਲਾਪਨ ਹੈ ਉਹ ਵੱਡੇ ਦੀਆਂ ਅੱਖਾਂ ਵਿੱਚ ਗਵਾਚ ਜਾਂਦਾ ਹੈ ਕਿਉਂਕਿ ਵੱਡੇ ਦੀਆਂ ਅੱਖਾਂ 'ਚ ਮਕਸਦ ਆ ਜਾਂਦਾ ਹੈ ਉਹ ਪੂਰੇ ਸਮੇਂ ਮਕਸਦ ਨਾਲ ਦੇਖ ਰਿਹਾ ਹੈ ਜੇਕਰ ਤੁਹਾਡੀ ਜੇਬ ਭਰੀ ਹੈ ਤਾਂ ਉਹ ਹੋਰ ਤਰ੍ਹਾਂ ਦੇਖਦਾ ਹੈ ਜੇਬ ਖਾਲੀ ਹੈ ਹੋਰ ਤਰ੍ਹਾਂ ਦੇਖਦਾ ਹੈ ਜੇਕਰ ਤੁਸੀਂ ਸੋਹਣੇ ਹੋ ਤਾਂ ਹੋਰ ਤਰ੍ਹਾਂ ਦੇਖਦਾ ਹੈ ਜੇਕਰ ਤੁਸੀਂ ਸੋਹਣੇ ਨਹੀਂ ਹੋ ਤਾਂ ਹੋਰ ਤਰ੍ਹਾਂ ਦੇਖਦਾ ਹੈ ਜੇਕਰ ਤੁਹਾਥੋਂ ਨੂੰ ਕੋਈ ਮਤਲਬ ਹੈ ਤਾਂ ਹੋਰ ਤਰ੍ਹਾਂ ਦੇਖਦਾ ਹੈ ਜੇ ਕੋਈ ਮਤਲਬ ਨਹੀਂ ਹੈ ਤਾਂ ਹੋਰ ਤਰ੍ਹਾਂ ਦੇਖਦਾ ਜਾਂ ਦੇਖਦਾ ਹੀ ਨਹੀਂ ਉਹਦਾ ਮਕਸਦ ਹੈ ਉਹ ਪਰਪਸਿਵ ਹੈ ਉਹ ਜੇਕਰ ਦੇਖੇਗਾ ਵੀ ਤਾਂ ਦੇਖਣ ਚ ਮਕਸਦ ਵੜ ਗਿਆ ਤੇ ਜਦ ਦੇਖਣ ਚ ਮਕਸਦ ਵੜ ਗਿਆ ਤਾਂ ਰੱਸੀ ਸੱਪ ਦਿਖਾਈ ਦੇਣ ਲੱਗ ਪੈਂਦੀ ਹੈ ਰੱਸੀ ਦਿਖਾਈ ਨਹੀਂ ਪੈਂਦੀ ਅਸਲ ਚ ਜਿਹਨੂੰ ਰੱਸੀ ਚ ਸੱਪ ਦਿਖਾਈ ਪੈ ਰਿਹਾ ਹੈ ਜੇਕਰ ਤੁਸੀਂ ਖਿਆਲ ਕਰੋਗੇ ਕਿ ਉਹਨੂੰ ਕਿਉਂ ਦਿਖਾਈ ਪੈ ਰਿਹਾ ਹੈ ਸੱਪ ਰੱਸੀ 'ਚ ਤੇ ਇਹ ਉਹਦਾ ਪ੍ਰੋਜੈਕਸ਼ਨ ਹੈ ਉਹ ਬੰਦਾ ਭੈਮਾਨ ਹੈ ਉਹਦੇ ਦੇਖਣ ਚ ਭੈ ਹੈ ਯਾਨੀ ਜਦ ਵੀ ਉਹ ਚੀਜ਼ਾਂ ਨੂੰ ਦੇਖਦਾ ਹੈ ਭੈ ਨਾਲ ਦੇਖਦਾ ਹੈ ਕਿ ਖਤਰਾ ਕਿੱਥੇ ਹੈ ਹਨੇਰਾ ਰਾਹ ਹੈ ਹੁਣ ਉਹ ਭੈ ਨੂੰ ਲੱਭ ਰਿਹਾ ਹੈ ਰਾਹ 'ਚ ਕੋਈ ਚੀਜ਼ ਖਿਸਕਦੀ ਦਿਸ ਗਈ ਹੈ ਲੰਮੀ ਪਈ ਦਿਸ ਗਈ ਹੈ ਫੌਰਨ ਉਹਨੇ ਮੰਨਿਆ ਵੀ ਸੱਪ ਹੈ ਕਿਉਂਕਿ ਉਹ ਭੈ ਨੂੰ ਲੱਭ ਰਿਹਾ ਉਹਦਾ ਇੱਕ ਮਕਸਦ ਹੈ ਅੰਦਰ ਉਹਦੇ ਅਨਕੌਨਸ਼ੀਅਸ ਵਿੱਚ ਉਹ ਲੱਭ ਰਿਹਾ ਹੈ ਕਿ ਕਿਤੇ ਹਨੇਰੇ ਵਿੱਚ ਸੱਪ ਤਾਂ ਨਹੀਂ ਤਰਸੀ 'ਚ ਸੱਪ ਦਿਸ ਗਿਆ ਇੱਕ ਬੱਚੇ ਨੂੰ ਨਹੀਂ ਦੇ ਸਕਦਾ ਰੱਸੀ 'ਚ ਸੱਪ ਅਕਸਰ ਤਾਂ ਇਹ ਹੋ ਸਕਦਾ ਹੈ ਜੇਕਰ ਸੱਪ ਹਿਲਜੁਲ ਨਾ ਰਿਹਾ ਹੋਵੇ ਤਾਂ ਬੱਚੇ ਨੂੰ ਰੱਸੀ ਦਿਖਾਈ ਪੈ ਸਕਦੀ ਹੈ ਉਹ ਜਾ ਕੇ ਉਹਨੂੰ ਚੁੱਕ ਲਵੇ بجائے ਰੱਸੀ 'ਚ ਸੱਪ ਦੇਖਣ ਦੇ ਇਹ ਵੀ ਹੋ ਸਕਦਾ ਹੈ ਕਿ ਇੱਕ ਸੱਪ ਜੇਕਰ ਹਿਲਜੁਲ ਨਾ ਰਿਹਾ ਹੋਵੇ ਤਾਂ ਉਹ ਜਾ ਕੇ ਉਹਨੂੰ ਚੁੱਕ ਲਵੇ ਤੇ ਸਮਝ ਲਵੇ ਰੱਸੀ ਹੈ ਅਸੀਂ ਜੋ ਦੇਖ ਰਹੇ ਹਾਂ ਜੇਕਰ ਉਸ 'ਚ ਕਿਤੇ ਵੀ ਕੋਈ ਮਕਸਦ ਹੈ ਕਿਤੇ ਵੀ ਕੋਈ ਚਾਹਨਾ ਹੈ ਕਿਤੇ ਵੀ ਕੋਈ ਭੈ ਹੈ ਠੀਕ ਤਰ੍ਹਾਂ ਸਮਝੋ ਕਿ ਜੇਕਰ ਸਾਡੇ ਦੇਖਣ ਚ ਕਿਤੇ ਵੀ ਮਨ ਹੈ ਤਾਂ ਅਸੀਂ ਵਿਗਾੜ ਦੇਵਾਂਗੇ ਤਾਂ ਕਿ ਬਿਨਾ ਮਨ ਦੇ ਦੇਖ ਸਕਦੇ ਆ ਬਿਨਾ ਮਨ ਦੇ ਦੇਖਣਾ ਹੀ ਪਰਮ ਸਥਿਤੀ ਹੈ ਸੀਇੰਗ ਵਿਦਆਊਟ ਦਾ ਮਾਈਂਡ ਤੇ ਦਾ ਮਾਈਂਡ ਉਹ ਜੋ ਮਨ ਹੈ ਸਾਡਾ ਉਹ ਭਰਿਆ ਹੋਇਆ ਸਾਰੇ ਮਕਸਦ ਸਾਰੇ ਭੈ ਸਾਰੀਆਂ ਇੱਛਾਵਾਂ ਸਾਰੀਆਂ ਵਾਸਨਾਵਾਂ